जथेदार साहब अकाल तख्त साहब एक वो पोस्ट है जिहड़ी श्री गुरु हरगोबिंद सिंह जी ने गद्दी चलाई। यह सिखां दा सर्वोच्च स्थान है। जथेदार साहब अकाल तख्त या दूसरे तख्तां दे जथेदार साहिबान ते कोई उंगली नहीं उठा सकता, उन्हां नूं कोई किसी तरह का सवाल नहीं कर सकता। उन्हां दी सर्वोच्चता है, सिख कौम उन्हां नूं पूरा मानदी है। जे कोई उन्हां ते उंगली उठाएगा, उन्हां नूं क्वेश्चन करेगा, ਤਾਂ ਜੋ ਜਥੇਦਾਰ ਸਾਹਿਬ ਦਾ ਹੁਕਮ ਹੋਏਗਾ ਅਸੀਂ ਉਹ ਮੰਨਾਂਗੇ। ਜਥੇਦਾਰ ਸਾਹਿਬ 'ਤੇ ਉਂਗਲੀ ਉਠਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ, ਉਹਨਾਂ ਨੂੰ ਸਵਾਲ ਕਰਨੇ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ, ਉਹ ਸਰਵਉੱਚ ਹੈ। ਅੱਜ ਭਗਵਾਨ ਸ਼੍ਰੀ ਵਾਲਮੀਕ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਦੇ ਉਪਲਕਸ਼ ਦੇ ਵਿੱਚ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ। ਮੈਂ ਇਸ ਸ਼ੋਭਾ ਯਾਤਰਾ 'ਚ ਅਸੀਂ ਸਾਰੇ ਜਲੰਧਰ ਸ਼ਾਮਿਲ ਹੈ। ਮੈਂ ਸਾਰਿਆਂ ਨੂੰ ਇਸ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਅਤੇ ਬਹੁਤ ਬਹੁਤ ਸ਼ੁਭਕਾਮਨਾਵਾਂ। ਇੱਕ ਸਿਆਸੀ ਸਵਾਲ ਹੈਗਾ ਚੰਨੀ ਸਾਹਿਬ, ਜਿਹੜਾ ਕਿ ਜਥੇਦਾਰ ਅਕਾਲ ਤਖ਼ਤ ਵੱਲੋਂ ਬਲਟੋਹਾ ਜੀ ਨੂੰ 10 ਸਾਲ ਵਾਸਤੇ ਪਾਰਟੀ 'ਚੋਂ ਬੇਦਖਲ ਕੀਤਾ ਗਿਆ। ਦੇਖੋ, ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਇੱਕ ਉਹ ਪੋਸਟ ਹੈ ਜਿਹੜੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਗੱਦੀ ਚਲਾਈ। ਇਹ ਸਿੱਖਾਂ ਦਾ ਸਰਵਉੱਚ ਸਥਾਨ ਹੈ। ਜਥੇਦਾਰ ਸਾਹਿਬ ਅਕਾਲ ਤਖ਼ਤ ਜਾਂ ਦੂਸਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ 'ਤੇ ਕੋਈ ਉਂਗਲੀ ਨਹੀਂ ਉਠਾ ਸਕਦਾ, ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਸਵਾਲ ਨਹੀਂ ਕਰ ਸਕਦਾ। ਉਹਨਾਂ ਦੀ ਸਰਵਉੱਚਤਾ ਹੈ, ਸਿੱਖ ਕੌਮ ਉਹਨਾਂ ਨੂੰ ਪੂਰਾ ਮੰਨਦੀ ਹੈ। ਜੇ ਕੋਈ ਉਹਨਾਂ 'ਤੇ ਉਂਗਲੀ ਉਠਾਏਗਾ, ਉਹਨਾਂ ਨੂੰ ਕੁਐਸਚਨ ਕਰੇਗਾ, ਤਾਂ ਜੋ ਜਥੇਦਾਰ ਸਾਹਿਬ ਦਾ ਹੁਕਮ ਹੋਏਗਾ ਅਸੀਂ ਉਹ ਮੰਨਾਂਗੇ, ਸਿੱਖ ਕੌਮ ਉਹ ਮੰਨੇਗੀ। ਜਿਹੜੀ ਰਿਕਾਰਡਿੰਗ ਕੀਤੀ ਸੀ ਕਿ ਬਲਟੋਹਾ ਸਾਹਿਬ ਨੇ ਹਰਪ੍ਰੀਤ ਜਥੇਦਾਰ ਦੀ ਹਰਪ੍ਰੀਤ ਸਿੰਘ ਹੁਣਾਂ ਦੀ ਉਹ ਜਾਇਜ਼ ਆ ਜਾਂ ਨਜਾਇਜ਼ ਰਿਕਾਰਡਿੰਗ? ਮੈਂ ਕਹਿ ਰਿਹਾ, ਜਥੇਦਾਰ ਸਾਹਿਬ 'ਤੇ ਉਂਗਲੀ ਉਠਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ, ਉਹਨਾਂ ਨੂੰ ਸਵਾਲ ਕਰਨੇ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਉਹ ਸਰਵਉੱਚ ਹੈ, ਸਿੱਖ ਕੌਮ ਦੇ ਸਿਰਮੌਰ ਉਹ ਸਾਡੇ ਲੀਡਰ ਹੈ, ਅਸੀਂ ਉਹਨਾਂ ਦੀ ਰਹਿਨੁਮਾਈ 'ਚ ਸਾਰਾ ਕੁਝ ਕਰਦੇ ਹਾਂ। ਸਿੱਖ ਕੌਮ ਦਾ ਕੋਈ ਵੀ ਬੰਦਾ ਉਹਨਾਂ 'ਤੇ ਉਂਗਲੀ ਨਹੀਂ ਉਠਾ ਸਕਦਾ, ਜੇ ਉਠਾਈ ਹੈ ਕਿਸੇ ਨੇ ਤਾਂ ਉਹ ਸਜ਼ਾ ਦਾ ਹੱਕਦਾਰ ਹੈ, ਉਹ ਦੋਸ਼ੀ ਹੈ। ਆਖਰੀ ਸਵਾਲ ਹੈਗਾ, ਬਲਟੋਹਾ ਜੀ ਜਦੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਜਿਹੜੇ ਜਥੇਦਾਰ ਹੈਗੇ ਹਰਪ੍ਰੀਤ ਸਿੰਘ, ਉਹਨਾਂ ਨੂੰ ਮਿਲਣ ਗਏ ਸੀਗੇ, ਉਹ ਕਹਿੰਦੇ ਵੀ ਸੁਖਬੀਰ ਬਾਦਲ ਦੇ ਪੱਖ ਦੇ ਵਿੱਚ ਫੈਸਲਾ ਜਿਹੜਾ ਵੀ ਲੈਣਾ ਲਈਓ, ਜੇ ਉਹਨਾਂ ਦੇ ਵਿਰੋਧ ਹੋਇਆ ਤਾਂ ਮੈਂ ਖੰਡਾ ਖੜਕਾ ਦਾਂਗਾ। ਇਹ ਮੈਨੂੰ ਹੁਣ ਛੱਡੋ, ਜਦ ਉਹ ਇਸ ਟਾਈਮ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਜਿਹੜਾ ਸਿੱਖ ਕੌਮ ਦਾ ਦੋਸ਼ੀ ਹੋਵੇ, ਅਕਾਲ ਤਖ਼ਤ ਦਾ ਦੋਸ਼ੀ ਹੋਵੇ, ਜਥੇਦਾਰ ਸਾਹਿਬਾਨ ਵੱਲੋਂ ਜੋ ਦੋਸ਼ੀ ਡਿਕਲੇਅਰ ਕਰ ਦਿੱਤਾ ਗਿਆ ਹੋਵੇ, ਉਹਦੇ ਖਿਲਾਫ਼ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਸਾਡਾ 9 ਮਾਰਚ ਦਾ ਰਿਸ਼ਤਾ ਬਣ ਗਿਆ ਹੈ ਕੈਨੇਡਾ ਦੇ ਨਾਲ। ਸਾਡਾ ਹਰ ਦੂਸਰਾ ਚੌਥਾ ਘਰ, ਸਾਡਾ ਕੋਈ ਨਾ ਕੋਈ ਮੁੰਡਾ ਕੁੜੀ ਕੋਈ ਨਾ ਕੋਈ ਉੱਥੇ ਬੈਠਾ ਹੈ, ਸਾਡੇ ਰਿਸ਼ਤੇ ਉੱਥੇ ਹੈ, ਸਾਡਾ ਪਿਆਰ ਉੱਥੇ ਹੈ ਹਰ ਤਰ੍ਹਾਂ ਦਾ। ਸੋ ਅਸੀਂ ਕਿਸੇ ਤਰ੍ਹਾਂ ਵੀ ਕੈਨੇਡਾ ਦੇ ਨਾਲ ਰਿਲੇਸ਼ਨ ਹੈ ਜਿਹੜੇ ਉਹ ਖਰਾਬ ਨਹੀਂ ਕਰਨਾ ਚਾਹੁੰਦੇ। ਸਾਡੀ ਸਰਕਾਰ ਨੂੰ ਚਾਹੀਦਾ ਕਿ ਇਹ ਰਿਸ਼ਤਿਆਂ ਨੂੰ ਸੁਧਾਰੇ। ਸਾਨੂੰ ਤਾਂ ਰੋਜ਼ ਦੀ ਲੋੜ ਹੈ ਹੁਣ ਕੈਨੇਡਾ ਦੇ ਵਿੱਚ, ਕਿਉਂਕਿ ਸਾਡੇ ਪ੍ਰਵਾਸ ਕਰਕੇ ਬਹੁਤ ਜ਼ਿਆਦਾ ਲੋਕ ਜਿਹੜੇ ਪੰਜਾਬੀ ਹੈ ਉੱਥੇ ਵੱਸ ਚੁੱਕੇ ਹੈ। ਇੱਕ ਗੈਂਗਸਟਰ ਦੇ ਕਾਰਨ ਹੀ ਸਾਰਾ ਕੁਝ ਹੋ ਰਿਹਾ ਹੈ, ਇਸ ਨੂੰ ਕਿਸ ਤਰ੍ਹਾਂ? ਇਹ ਗੈਂਗਸਟਰ ਫਿਰ ਪੈਦਾ ਕੌਣ ਕਰਦਾ ਹੈ? ਇਹ ਨਾ ਪੈਦਾ ਕਰਨ, ਇਹ ਤਾਂ ਹੁਣ ਕਹਿੰਦੇ ਵੀ ਬਿੱਲੀ ਥੈਲੇ ਤੋਂ ਬਾਹਰ ਆ ਰਹੀ ਹੈ। ਇਹ ਗੱਲ ਬਿਲਕੁਲ ਕਲੀਅਰ ਹੁੰਦੀ ਜਾ ਰਹੀ ਹੈ ਕਿ ਇਹਦੇ ਵਿੱਚ ਏਜੰਸੀਆਂ ਦਾ ਇਨਵੋਲਵਮੈਂਟ ਹੈ। ਇੱਥੇ ਤੱਕ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੂਸੇਵਾਲ ਦਾ ਕਤਲ ਹੈ ਜਿਹੜਾ ਉਹ ਰਾਜਨੀਤਿਕ ਹੈ। ਇਹ ਗੱਲ ਤੁਹਾਨੂੰ ਥੋੜ੍ਹੇ ਦਿਨਾਂ 'ਚ ਹੋਰ ਅੱਗੇ ਆ ਕੇ ਸਮਝ ਆ